ਦਾ ਟੌਪਿਕ ਕਲਾਸ 9th ਵਿਸ਼ਾ ਮੈਥ ਚੈਪਟਰ 2nd ਵਿੱਚ ਹੋਇਆ ਜੀ ਚੈਪਟਰ ਦਾ ਨਾਮ ਹੈ ਬਹੁਪਦ ਇਸ ਨੂੰ ਆਪਾਂ ਇੰਗਲਿਸ਼ ਵਿੱਚ ਕਹਿੰਦੇ ਹਨ ਪੋਲੀਨੋਮੀਅਲ ਅੱਜ ਆਪਾਂ ਇਸ ਦੀ ਅਭਿਆਸ 2.3 ਦਾ ਪਾਰਟ 3 ਕਰਨ ਜਾ ਰਹੇ ਹਾਂ ਤੇ ਇਸ ਦੇ ਵਿੱਚ ਆਪਾਂ ਇਸ ਦਾ ਕਰਾਂਗੇ ਬਹੁਤ ਹੀ ਇੰਪੋਰਟੈਂਟ ਕੁਐਸਚਨ ਕੁਐਸਚਨ ਇਸ ਤਰ੍ਹਾਂ ਹੈ 2x ਦੀ ਘਾਤ 4 -3x ਦੀ ਘਾਤ 3 -3x ਦੀ ਘਾਤ 2 ਜਮਾ 6x -2 ਦੀਆਂ ਸਾਰੀਆਂ ਸਿਫਰਾਂ ਪਤਾ ਕਰੋ ਇਸ ਦੀਆਂ ਆਪਾਂ ਸਾਰੀਆਂ ਸਿਫਰਾਂ ਪਤਾ ਕਰਨੀਆਂ ਹਨ ਜੇਕਰ ਤੁਹਾਨੂੰ ਇਸ ਦੀਆਂ 2 ਸਿਫਰਾਂ ਪਤਾ ਹੋਣ ਹੁਣ ਆਪਾਂ ਇਸ ਦੀਆਂ ਸਾਰੀਆਂ ਸਿਫਰਾਂ ਪਤਾ ਕਰਨੀਆਂ ਤੇ 2 ਸਿਫਰਾਂ ਆਪਾਂ ਨੂੰ ਦਿੱਤੀਆਂ ਹੋਈਆਂ ਹਨ ਹੁਣ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਸਾਰੀਆਂ ਸਿਫਰਾਂ ਇਸ ਦੀਆਂ ਕੁੱਲ ਸਿਫਰਾਂ ਕਿੰਨੀਆਂ ਹੋ ਸਕਦੀਆਂ ਹਨ ਕਿੰਨੇ ਇਸ ਦੇ 0 ਹੋ ਸਕਦੇ ਨੇ ਸਿਫਰਾਂ ਨੂੰ ਆਪਾਂ 0 ਕਹਿ ਦਿੰਦੇ ਹਾਂ 2 ਆਪਾਂ ਨੂੰ ਸਿਫਰ ਦਿੱਤੇ ਹੋਏ ਹਨ ਤੇ ਆਪਾਂ ਇਸ ਦੀ ਜੋ ਇਸ ਪੋਲੀਨੋਮੀਅਲ ਇਸ ਬਹੁਪਦ ਦੇ ਵਿੱਚ ਜੋ x ਦੀ ਸਭ ਤੋਂ ਵੱਡੀ ਘਾਤ ਦੇਖੋ ਕਿੰਨੀ ਹੈ x ਦੀ ਇੱਥੇ ਸਭ ਤੋਂ ਵੱਡੀ ਘਾਤ ਹੈ 4 ਇਸ ਦਾ ਮਤਲਬ ਇਸ ਦੀਆਂ 4 ਸਿਫਰਾਂ ਹੋ ਸਕਦੀਆਂ ਹਨ 2 ਸਿਫਰ ਆਪਾਂ ਨੂੰ ਦੇਤੀਆਂ ਹਨ ਤੇ 2 ਆਪਾਂ ਹੁਣ ਪਤਾ ਕਰਨੀਆਂ ਹਨ ਆਓ ਦੇਖਦੇ ਹਾਂ ਕਿ ਇਸ ਕੁਐਸਚਨ ਨੂੰ ਆਪਾਂ ਕਿਸ ਤਰ੍ਹਾਂ ਸੌਖੇ ਢੰਗ ਨਾਲ ਕਰ ਸਕਦੇ ਹਾਂ ਆਓ ਇਸ ਦਾ ਹੱਲ ਦੇਖਦੇ ਹਾਂ ਕਿਸ ਤਰ੍ਹਾਂ ਕਰਨਾ ਹੈ ਸਭ ਤੋਂ ਪਹਿਲਾਂ ਜੋ ਆਪਾਂ ਨੂੰ ਸਿਫਰਾਂ ਦਿੱਤੀਆਂ ਉਹ ਲਿਖ ਲਓ ਆਪਾਂ ਨੂੰ ਜੋ ਸਿਫਰਾਂ ਦਿੱਤੀਆਂ ਹੋਣੀਆਂ ਹਨ ਉਹ ਕਿਹੜੀਆਂ ਕਿਹੜੀਆਂ ਹਨ ਆਪਣੇ ਕੋਲ ਵਰਗਮੂਲ 2 ਤੇ ਮਾਈਨਸ ਵਰਗਮੂਲ 2 ਇਸ ਤੋਂ ਅਗਲਾ ਸਟੈਪ ਹੈ ਆਪਾਂ ਲੈਣਾ ਹੈ ਸਿਫਰਾਂ ਦਾ ਜੋੜ ਇਹਨਾਂ ਦੋਨਾਂ ਹੀ ਸਿਫਰਾਂ ਦਾ ਜੋੜ ਲੈਣਾ ਜਿਹਨੂੰ ਆਪਾਂ ਐਸ ਕਹਿੰਦੇ ਹਨ ਵਰਗਮੂਲ 2 ਮਾਈਨਸ ਵਰਗਮੂਲ 2 ਵਰਗਮੂਲ 2 ਮਾਈਨਸ ਵਰਗਮੂਲ 2 ਇਹ ਕੱਟ ਜਾਣਗੇ ਆਪਸ ਵਿੱਚ ਤੇ ਆਪਣੇ ਕੋਲ 0 ਆ ਜਾਏਗਾ ਕਿਉਂਕਿ ਇੱਕ ਪਲੱਸ ਦਾ ਇੱਕ ਮਾਈਨਸ ਦਾ ਹੈ ਫਿਰ ਲੈਣਾ ਹੈ ਆਪਾਂ ਸਿਫਰਾਂ ਦਾ ਗੁਣਨਫਲ ਜਿਸ ਨੂੰ ਆਪਾਂ ਪੀ ਲਿਖਦੇ ਹਨ ਦੋਨਾਂ ਹੀ ਸਿਫਰਾਂ ਨੂੰ ਆਪਾਂ ਗੁਣਾ ਕਰ ਦੇਵਾਂਗੇ ਮਾਈਨਸ ਇਸੇ ਤਰ੍ਹਾਂ ਆ ਜਾਏਗਾ ਪਲੱਸ ਮਾਈਨਸ ਮਾਈਨਸ ਆ ਜਾਏਗਾ ਵਰਗਮੂਲ 2 ਇੰਟੂ ਵਰਗਮੂਲ 2 ਵਰਗਮੂਲ 2 ਦਾ ਵਰਗ ਆ ਜਾਏਗਾ ਵਰਗ ਨਾਲ ਵਰਗਮੂਲ 2 ਕੱਟਿਆ ਜਾਏਗਾ ਇਹ ਆਪਣੇ ਕੋਲ 2 ਆ ਜਾਏਗਾ ਵਰਗਮੂਲ 2 ਵਰਗਮੂਲ ਇਸ ਨੂੰ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਵਰਗਮੂਲ 2 ਇੰਟੂ ਵਰਗਮੂਲ 2 ਵਰਗਮੂਲ ਦੇ ਅੰਦਰ ਕਿੰਨਾ ਆ ਗਿਆ 4 4 ਦਾ ਵਰਗਮੂਲ ਆਪਣੇ ਕੋਲ 2 ਹੁੰਦਾ ਹੈ ਇਸ ਨੂੰ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ ਜਾਂ ਵਰਗਮੂਲ ਦਾ ਵਰਗ ਕਰ ਦਿਓ ਵਰਗ ਨਾਲ ਵਰਗਮੂਲ ਕੱਟਿਆ ਜਾਏਗਾ ਇਹ ਆਪਣੇ ਕੋਲ ਕਿਉਂਕਿ ਵਰਗਮੂਲ 2 ਵਰਗਮੂਲ 2 ਦੋ ਵਾਰ ਆ ਗਿਆ ਹੈ ਇਸ ਦੀ ਘਾਤ 2 ਲਗਾ ਦਾਂਗੇ 2 ਦੇ ਨਾਲ ਜੋ ਵਰਗ ਹੈ ਉਸ ਦੇ ਨਾਲ ਵਰਗਮੂਲ ਕੱਟਿਆ ਜਾਂਦਾ ਹੈ ਇਹ ਵਰਗਮੂਲ ਹੈ ਇਹ ਵਰਗ ਹੈ ਵਰਗ ਨਾਲ ਵਰਗਮੂਲ ਕੱਟਿਆ ਜਾਏਗਾ ਤੇ ਆਪਣੇ ਕੋਲ 2 ਆ ਜਾਏਗਾ ਮਾਈਨਸ ਦਾ ਹੁਣ ਆਪਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਕੁਐਸਚਨ ਵਿੱਚ ਆਪਾਂ ਨੂੰ 2 ਸਿਫਰਾਂ ਦਿੱਤੀਆਂ ਹਨ 2 ਸਿਫਰਾਂ ਆਪਾਂ ਪਤਾ ਕਰਨੀਆਂ ਹੈ ਇਸ ਵਿੱਚ ਆਪਾਂ ਭਾਗ ਕਰਨੀ ਹੈ ਤੇ ਇਹ ਆਪਣੇ ਕੋਲ ਜੋ ਹੈ ਭਾਜ ਹੈ ਆਪਾਂ ਹੁਣ ਭਾਜਕ ਪਤਾ ਕਰਨਾ ਹੈ ਤੇ ਉਸ ਨੂੰ ਆਪਾਂ ਲਿਖਾਂਗੇ ਆਪਾਂ ਕੀ ਪਤਾ ਕਰਨਾ ਹੁਣ ਇਸ ਤੋਂ ਅੱਗੇ ਭਾਜਕ ਬਹੁਪਦ ਇਹ ਦਿੱਤਾ ਹੋਇਆ ਹੈ ਭਾਜ ਆਪਾਂ ਹੁਣ ਭਾਜਕ ਪਤਾ ਕਰ ਲਿਆ ਕਿਸ ਦੇ ਨਾਲ ਇਸ ਨੂੰ ਆਪਾਂ ਭਾਗ ਕਰਨੀ ਹੈ ਤੇ ਇਸ ਨੂੰ ਭਾਗ ਕਰਨ ਲਈ ਆਪਾਂ ਉਹੀ ਬਹੁਪਦ ਦਾ ਕੀ ਫਾਰਮੂਲਾ ਹੁੰਦਾ ਹੈ ਇਹ ਤੁਹਾਨੂੰ ਦੱਸਿਆ ਹੋਇਆ ਪਹਿਲਾਂ ਹੀ ਐਕਸ ਦਾ ਵਰਗ ਮਾਈਨਸ ਐਸ ਐਕਸ ਜਮ੍ਹਾਂ ਪੀ ਇਹ ਆ ਗਿਆ ਐਕਸ ਦਾ ਵਰਗ ਇਹ 0x ਤੇ ਪੀ ਆਪਣੇ ਕੋਲ ਕਿੰਨਾ ਹੈ -2 ਇਹ ਤਾਂ 0 ਹੋ ਗਿਆ ਇਹ ਪਲੱਸ ਮਾਈਨਸ -2 ਇਹ ਹੁਣ ਭਾਜਕ ਬਹੁਪਦ ਆਪਣੇ ਕੋਲ ਇਹ ਆ ਗਿਆ ਹੁਣ ਆਪਾਂ ਕੀ ਕਰਨਾ ਹੈ ਇਸ ਭਾਜਕ ਨਾਲ ਇਸ ਭਾਜ ਦੇ ਨਾਲ ਇਸ ਨੂੰ ਭਾਗ ਕਰ ਦੇਣਾ ਹੈ ਇਸ ਨੂੰ ਅੰਦਰ ਰੱਖਾਂਗੇ ਭਾਜ ਨੂੰ ਅੰਦਰ ਰੱਖਾਂਗੇ ਤੇ ਭਾਜਕ ਨੂੰ ਬਾਹਰ ਰੱਖਾਂਗੇ ਤੇ ਭਾਗ ਕਰਕੇ ਆਪਾਂ ਇਸ ਦਾ ਭਾਗਫਲ ਪਤਾ ਕਰਨਾ ਹੈ ਦੇਖਦੇ ਹਾਂ ਕਿ ਇਸ ਨੂੰ ਆਪਾਂ ਅੱਗੇ ਕਿਸ ਤਰ੍ਹਾਂ ਸੌਖੇ ਢੰਗ ਨਾਲ ਸੋਲਵ ਕਰ ਸਕਦੇ ਹਾਂ ਆਹ ਹੁਣ ਆਪਾਂ ਇਸ ਨੂੰ ਭਾਗ ਕਰਨੀ ਹੈ ਤੇ ਭਾਗ ਵਿੱਚ ਸਭ ਤੋਂ ਆਪਾਂ ਪਹਿਲਾਂ ਦੇਖਣਾ ਹੁੰਦਾ ਹੈ ਕਿ ਜੋ ਅੰਦਰ ਹੈ ਇਹ ਵੀ ਆਪਣੇ ਕੋਲ ਸਟੈਂਡਰਡ ਫਾਰਮ ਵਿੱਚ ਹੋਣੀ ਚਾਹੀਦੀ ਹੈ ਜੋ ਐਕਸ ਦੀਆਂ ਘਾਤਾਂ ਹਨ ਉਹ ਘਰ ਦੇ ਰੂਪ ਕਰਮ ਵਿੱਚ ਹੋਣੀ ਚਾਹੀਦੀਆਂ ਹਨ ਤੇ ਬਾਹਰ ਵੀ ਇਸ ਤਰ੍ਹਾਂ ਤੇ ਸਭ ਤੋਂ ਪਹਿਲਾਂ ਜੋ ਭਾਗਫਲ ਹੈ ਉਹ ਆਪਾਂ ਕਿਸ ਤਰ੍ਹਾਂ ਪਤਾ ਕਰੀਦਾ ਹੈ ਇਸ ਵਿੱਚ ਜੋ ਪਹਿਲੀ ਟਰਮ ਹੈ ਤੇ ਇਸ ਵਿੱਚ ਜੋ ਪਹਿਲੀ ਟਰਮ ਹੈ ਭਾਜ ਦੀ ਪਹਿਲੀ ਟਰਮ ਤੇ ਭਾਜਕ ਦੀ ਪਹਿਲੀ ਟਰਮ ਨੂੰ ਆਪਾਂ ਭਾਗ ਕਰਨਾ ਹੁੰਦਾ ਹੈ 2x ਦੀ 4 ਐਕਸ ਸਕੁਅਰ ਇਸ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ 2x ਐਕਸ 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 ਇਹ ਮੈਂ ਪਹਿਲਾਂ ਵੀ ਤੁਹਾਨੂੰ ਭਾਗ ਜੋ ਹੈ ਉਹ ਸਿਖਾ ਚੁੱਕਾ ਹਾਂ ਇਹ 2x ਦਾ ਵਰਗ ਆ ਜਾਏਗਾ ਇਹ ਹੁਣ 2x ਦਾ ਵਰਗ ਆਪਾਂ ਇੱਥੇ ਲਿਖਣਾ ਹੈ ਤੇ ਇਸ 2x ਦੇ ਵਰਗ ਨੂੰ ਆਪਾਂ ਕਿਸ ਨਾਲ ਭਾਗ ਕਰਨਾ ਹੈ ਜੀ ਭਾਜਕ ਦੇ ਨਾਲ ਐਕਸ ਦਾ ਵਰਗ -2 ਇਹ ਆ ਜਾਏਗਾ ਆਪਣੇ ਕੋਲ 2x ਦੀ 4 -4x ਦਾ ਵਰਗ ਇਹ ਪਹਿਲਾ ਸਟੈਪ ਹੋ ਗਿਆ ਆਪਣੇ ਕੋਲ ਹੁਣ ਜੋ ਐਕਸ ਦੀ ਘਾਤ 4 ਹੈ ਉਸਨੂੰ ਐਕਸ ਦੀ ਘਾਤ 4 ਦੇ ਨੀਚੇ ਰੱਖ ਦਾਂਗੇ ਜੋ ਐਕਸ ਦੀ ਘਾਤ 2 ਹੈ ਉਸਨੂੰ ਐਕਸ ਦੀ ਘਾਤ 2 ਦੇ ਨੀਚੇ ਰੱਖ ਦਾਂਗੇ ਤੇ ਇਸ ਦੇ ਆਪਾਂ ਸਾਈਨ ਚੇਂਜ ਕਰ ਦੇਣੇ ਹਨ ਇਹ ਆਪਣੇ ਕੋਲ ਕੱਟਿਆ ਜਾਏਗਾ ਇਹ ਪਹਿਲਾ ਸਟੈਪ ਇਹ ਆ ਜਾਏਗਾ ਇਹ ਹੁਣ ਮਾਈਨਸ ਪਲੱਸ
प्लस आ जाएगा, चार बिचों आप तीन घटा देंगे एक बच जाएगा 6x-2। हूँ फिर वही स्टैप, फिर इसको आप इस भाग कर देना है जो पहली टर्म है सब तो वही भाग जो भागफल पता करने लिए, नीचे एक्स की घात 2 ये अपने को कट के -3x आ जाएगा। -3x को अपना भागफल लिखा, इस -3x को किस नाल गुणा करनी है अपना एक्स की घात 2 -2 के नाल, ये -3x की घात 3 तो ये अपने को आ जाएगा 6x। हूँ फिर इसको आप -3x की घात 3 इस दे नीचे रखांगे तो जो एक्स वाली टर्म है उसमें एक्स वाली टर्म के नीचे रखांगे, ये प्लस आ जाएगा, ये माइनस ये भी कटा जाएगा, ये भी कटा जाएगा। हूँ अपने को आ गया इतने 1x² तो -2। हूँ इसको आप फिर इस भाग करांगे क्योंकि इसकी हजे डिग्री जो है घात है वो इसके बराबर ही है, जो इतने घात घट जाए फिर आप नहीं इसको भाग कर सकते। हूँ ये अपने को दूसरा स्टैप से, हूँ तीसरा स्टैप आ एक एक्स स्केयर मतलब ये एक तरह अपने को इस तरह एक ना भी लिखा हो आप इस ना भी एक लिखा हो इसका मतलब वो एक ही होंगे है, तो इतने अपने को एक्स स्केयर ने एक्स स्केयर कटा जाएगा एक बच जाएगा अपने को प्लस का एक इतने आ जाएगा। हूँ एक इस गुणा करा तो ये अपने को कि आ जाएगा सेम आ जाएगा, इतने हम एक लिख भी सकते हो तो इसनों आपां फिर कटांगे तो ये अपने को नीचे बाकी 0 आ जाएगा। इसका मतलब जो अपने को भागफल है वो भागफल कितना अपने को आ चुका है जी 2x² - 3x+। हुण इस भागफल दे आपां की करने हन, इस भागफल दे आपां गुणनखंड बनाने हन। ये जो भागफल है इस तो आपां नूं जिहड़ियां 2 सिफर हैं क्योंकि टोटल 4 सिफर आपां नूं पता लग गया है क्योंकि एक्स की वड्डी घात 4 है, 2 सिफर आपां पता है तो 2 सिफर आपां होर कढ़नियां हन, वो आपां जिहड़ियां अगलियां 2 सिफर हुण आपणे को कित्थों पता लगणगियां आपां नूं भागफल तो। हुण भागफल दे आपां गुणनखंड बनाउणे हन, इस नूं मैं पहलां वी तुहानूं करा चुका जिस तरह इत्थे आपणे को माइनस है ये प्लस है, पहला साइन माइनस का आएगा, माइनस नूं प्लस दे साइन दे नाल गुणा करांगे तो ये भी अपने को माइनस आ जाएगा। हुण आपां इत्थे 2 नंबर लिखणे हन जिन्हां नूं गुणा करके 2 × 1 2 आ जाए तो प्लस माइनस करके अपने को 3 आ जाए, तो यह नंबर कि हो सकते हैं 2 और 1। हमेशा जो वड्डा नंबर है साइन नूं छड्ड के, जो वड्डा नंबर होएगा उसनूं अगे लिखना है, जो छोटा नंबर है उसनूं पिछे लिखना है, साइन नूं छड्ड दिओ 2 और 1। ठीक है जी, पहला आपां साइन लेने हैं, पहला साइन किस तरह लेने हैं, ये माइनस वाला साइन है, माइनस प्लस ये भी माइनस आ जाएगा। एक मैं गुणनखंड ते पूरी वीडियो बनाई हुई है कि आपां जो 2 घाती बहुपद है उन्होंने किस तरह आप गुणनखंड बना सकते हैं उस वीडियो ने एक बार जरूर देख लेना। आओ हम अगे देखते हैं इसमें किस तरह करना है। अपने को गुणनखंड की बन जाएंगे 2x² हूँ इसकी जगह ये आप लिखना -3 की जगह की आ जाएगा -2x - 1x+1। इस तरह लिख सकते हैं x² 2 x इस आप 2x बाहर कर लेने हैं, इतने x-1 बच जाएगा, -1 बार कर लो x-, दोनों ही ब्रैकेट सेम होनी चाहिए है ना, तो ये दोनों ब्रैकेट x-1 x-1 बार कर लो तो अंदर अपने को की बच जाएगा, ये आ गया अपने को भागफल। हुण इस तो आप पता करने हैं सिफर, तो इसनों आप की करना है ये दोनों ही जो गुणनखंड है उन्होंने अलग अलग करके आप 0 के इक्वल कर देना है तो आपको सिफर पता लग जाएंगे, ये 1 आ जाएगा, ये 2x1 इधर जाएगा, x² नीचे आ जाएगा। इसका मतलब जो अपने को 2 सिफर ये आ गई हैं, इसका मतलब जो है कि अपने को सारिया सिफर आपको क्या सी सारिया सिफर पता करो, सारिया सिफर अपने को कि आ गई 2 आपको पहले ही पता सी, तीसरी सिफर ये आ गई तो चौथी सिफर अपने को ये आ गई। फोकस पॉइंट का हमें कुछ अच्छी तरह समझ लग गया होगा, मैं काफ़ी ईजी वे ना करवाने की कोशिश की है। जेकर वीडियो तुहानू अच्छी लगी है तो इसनों लाइक और शेयर जरूर कर देना, मेरे चैनल में सबसक्राइब जरूर कर देना, बैल आइकन भी जरूर प्रेस कर देना। धन्यवाद।